ਹੈਲੋ ਫਰੈਂਡਸ, ਵੈਲਕਮ ਬੈਕ ਟੂ ਮਾਈ ਚੈਨਲ ਡਿਸ ਸਾਈਡ ਸੱਜਣ ਕੁਮਾਰ। ਮੈਂ ਅੱਜ ਤੁਹਾਡੇ ਸਾਹਮਣੇ 9ਵੀਂ ਜਮਾਤ ਦਾ ਪੰਜਾਬੀ ਬੀ ਦਾ ਪੇਪਰ ਲੈ ਕੇ ਆਇਆ ਹਾਂ। ਸੋ ਫਰੈਂਡਸ, ਸਟਾਰਟ ਕਰਦੇ ਹਾਂ। ਸੋ ਤੁਸੀਂ ਵੇਖ ਸਕਦੇ ਹੋ ਕੁੱਲ ਅੰਕ ਹੋਣਗੇ 65, ਸੋ ਸਮਾਂ ਹੋਣਗੇ 3 ਘੰਟੇ। ਪ੍ਰਸ਼ਨ 1  'ਚ ਆ ਗਿਆ ਸੁੰਦਰ ਲਿਖਾਈ, 5 ਅੰਕ ਦਾ ਹੋਣਗੇ, ਅਤੇ ਪ੍ਰਸ਼ਨ 2 'ਚ ਆ ਗਿਆ ਸਾਰੇ ਪ੍ਰਸ਼ਨ ਲਾਜ਼ਮੀ ਹਨ। ਸੋ ਇਹਦਾ ਆ ਗਿਆ ਭਾਸ਼ਾ ਦਾ ਸ਼ੁੱਧ ਅਤੇ ਮਿਆਰੀ ਰੂਪ ਸਮਝਣ ਲਈ ਕਿਸ ਚੀਜ਼ ਦੀ ਬੜੀ ਮਹੱਤਤਾ ਹੈ। ਸੋ ਇਹਦਾ ਜਾਊਗਾ ਵਿਆਕਰਨ ਦੀ, ਵਿਆਕਰਨ ਦੀ। ਸੋ ਨੈਕਸਟ ਆ ਗਿਆ ਆਪਣਾ ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਹਨ। ਸੋ ਇਹਦਾ ਜਾਊਗਾ ਸ਼ਬਦ 2 ਪ੍ਰਕਾਰ ਦੇ ਹੁੰਦੇ ਹਨ, ਮੂਲ ਸ਼ਬਦ ਅਤੇ ਰਚਿਤ ਲਿਖ ਲਿਓ ਸ਼ਬਦ। ਸੋ ਨੈਕਸਟ ਵੇਖਦੇ ਹਾਂ, ਤੀਸਰਾ ਆ ਗਿਆ ਕਾਰਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ। ਸੋ ਤੁਸੀਂ ਇਹਦਾ ਲਿਖ ਲਿਓ ਕਾਰਕ 8 ਪ੍ਰਕਾਰ ਦੇ ਹੁੰਦੇ ਹਨ। ਇੱਥੇ 8 ਆ ਗਿਆ, 8 ਪ੍ਰਕਾਰ ਦੇ ਹੁੰਦੇ ਹਨ। ਸੋ ਨੈਕਸਟ ਆ ਗਿਆ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ। ਸੋ ਇਹਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ, ਇਹਦਾ ਆ ਜਾਊਗਾ ਗੁਰਮੁਖੀ। ਸੋ ਤੁਸੀਂ ਚੰਗੀ ਤਰ੍ਹਾਂ ਲਿਖ ਲਿਓ ਗੁਰਮੁਖੀ। ਸੋ ਨੈਕਸਟ ਵੇਖਦੇ ਹਾਂ ਉਪ ਅਗੇਤਰ ਲਗਾ ਕੇ ਇੱਕ ਸ਼ਬਦ ਬਣਾਓ, ਇਹਦਾ ਆ ਜਾਊਗਾ ਉਪ ਭਾਸ਼ਾ ਅਤੇ ਉਪਰਾਸ਼ਟਰ। ਉਪਰਾਸ਼ਟਰ ਬਹੁਤ ਸਾਰੇ ਤੁਸੀਂ ਲਿਖ ਸਕਦੇ ਹੋ ਕੋਈ ਵੀ ਇੱਕ। ਸੋ ਨੈਕਸਟ ਵੇਖਦੇ ਹਾਂ ਵਿਆਕਰਨ ਦੇ ਜਿਸ ਭਾਗ ਵਿੱਚ ਵਾਕਾਂ ਦਾ ਅਧਿਐਨ ਕੀਤਾ ਜਾਂਦਾ ਉਸਨੂੰ ਕੀ ਕਿਹਾ ਜਾਂਦਾ ਹੈ। ਸੋ ਇਹਦਾ ਤੁਸੀਂ ਵੇਖ ਲਿਓ, ਨਹੀਂ ਇਹਦਾ ਕਰਾਈ ਦਿੰਦੇ ਹਾਂ। ਸੋ ਤੁਸੀਂ ਲਿਖ ਲਿਓ ਵਾਕ ਬੋਧ। ਸੋ ਨੈਕਸਟ ਕਰਦੇ ਹਾਂ, ਸੋ ਨੈਕਸਟ ਤੁਸੀਂ ਵੇਖ ਸਕਦੇ ਹੋ ਵਿਆਕਰਨ ਦੇ ਕਿੰਨੇ ਅੰਗ ਹਨ। ਸੋ ਇਹਦਾ ਉਹ ਜਾਣ ਕੇ 4, ਧੁਨੀ ਬੋਧ, ਸ਼ਬਦ ਬੋਧ, ਵਾਕ ਬੋਧ ਅਤੇ ਅਰਥ ਬੋਧ। ਸੋ ਨੈਕਸਟ ਕਰਦੇ ਹਾਂ ਮਨੁੱਖੀ ਮਨ ਦੇ ਭਾਵਾਂ ਨੂੰ ਪ੍ਰਗਟ ਕਰਨ ਦਾ ਸਫਲ ਸਾਧਨ ਕੀ ਰਿਹਾ ਹੈ। ਸੋ ਇਹਦਾ ਅਜੋਕਾ ਭਾਸ਼ਾ। ਨੈਕਸਟ ਆ ਗਿਆ ਕਾਰ ਪਿਛੇਤਰ ਵਾਲਾ ਸ਼ਬਦ ਲਿਖੋ। ਸੋ ਇਹਦਾ ਅਜੋਕਾ ਲੇਖਕ ਕਾਰ, ਜਾਂ ਫਿਰ ਤੁਸੀਂ ਹੋਰ ਸ਼ਬਦ ਲਿਖ ਸਕਦੇ ਹੋ ਜਿਵੇਂ ਸਾਹਿਤਕਾਰ। ਅਤੇ ਆ ਗਿਆ ਨਾਵਲ ਕਾਰ। ਸੋ ਤੁਸੀਂ ਡਿਫਰੈਂਟ ਸ਼ਬਦ ਲਿਖ ਸਕਦੇ ਹੋ ਕੋਈ ਵੀ ਇੱਕ। ਸੋ ਨੈਕਸਟ ਆ ਗਿਆ ਆਇਆ ਦਾ ਸਹੀ ਸ਼ਬਦ ਜ਼ੋਰ ਲਿਖੋ। ਸੋ ਇਹਦਾ ਉਹ ਜਾਣ ਕੇ ਆਇਆ
ਜਾਂ ਫਿਰ ਤੁਸੀਂ ਇਹਦੇ ਨਾਲ ਦਾ ਵੇਖ ਲਿਓ, ਸੋ ਨੈਕਸਟ ਕਰਦੇ ਹਾਂ। ਕਿਸੇ ਇੱਕ ਵਿਸ਼ੇ 'ਤੇ ਲਗਭਗ 100 ਸ਼ਬਦਾਂ ਵਿੱਚੋਂ ਲੇਖ ਲਿਖੋ। ਸਾਡੇ ਮੇਲੇ ਅਤੇ ਤਿਉਹਾਰ, ਪ੍ਰਦੂਸ਼ਣ ਦੀ ਸਮੱਸਿਆ, ਦੀਵਾਲੀ, 26 ਜਨਵਰੀ। ਸੋ ਇਹਨਾਂ ਚਾਰਾਂ ਵਿੱਚੋਂ ਕੋਈ ਇੱਕ ਕਰ ਲਿਓ। ਸੋ ਆਹ ਤੁਸੀਂ ਵੇਖ ਸਕਦੇ ਹੋ, ਪ੍ਰਦੂਸ਼ਣ ਦੀ ਸਮੱਸਿਆ, ਜਾਣ ਪਛਾਣ ਆ ਗਿਆ ਪ੍ਰਦੂਸ਼ਣ ਦੀਆਂ ਕਿਸਮਾਂ, ਅਤੇ ਨੈਕਸਟ ਆ ਗਿਆ ਹਵਾ ਪ੍ਰਦੂਸ਼ਣ ਦੇ ਕਾਰਨ, ਅਤੇ ਉਹ ਤੋਂ ਬਾਅਦ ਆ ਗਿਆ ਭੂਮੀ ਪਾਣੀ ਦੇ ਪ੍ਰਦੂਸ਼ਣ ਦੇ ਕਾਰਨ। ਸੋ ਨੈਕਸਟ ਆ ਗਿਆ ਧੁਨੀ ਪ੍ਰਦੂਸ਼ਣ ਦੇ ਕਾਰਨ। ਸੋ ਉਸ ਤੋਂ ਬਾਅਦ ਆ ਗਿਆ ਮਨੁੱਖ ਦੁਆਰਾ ਚੀਜ਼ਾਂ ਦੀ ਦੁਰਵਰਤੋਂ। ਸੋ ਲਾਸਟ ਪੁਆਇੰਟ ਆ ਗਿਆ ਵਾਤਾਵਰਨ ਪ੍ਰਤੀ ਮਨੁੱਖੀ ਫਰਜ਼। ਸੋ ਇੰਨਾ ਕੁ ਲਿਖ ਲਿਓ, ਜਾਂ ਫਿਰ ਤੁਸੀਂ ਤੋਂ ਅੱਗੇ ਵੀ ਲਿਖ ਸਕਦੇ ਹੋ। ਆਹ ਤੁਸੀਂ ਵੇਖ ਸਕਦੇ ਹੋ ਵਾਤਾਵਰਨ ਪ੍ਰਤੀ ਜਾਗਰੂਕਤਾ, ਇੱਥੇ ਤੱਕ ਲਿਖ ਲਿਓ। ਸੋ ਅਤੇ ਸ਼ੋਰਟ ਸ਼ੋਰਟ ਕਰਕੇ ਲਿਖ ਲਿਓ। ਸੋ ਨੈਕਸਟ ਕਰਦੇ ਹਾਂ। ਨੈਕਸਟ ਆ ਗਿਆ ਚੌਥਾ, ਸਾਈਕਲ ਚੋਰੀ ਹੋਣ ਸੰਬੰਧੀ ਥਾਣਾ ਮੁਖੀ ਨੂੰ ਪੱਤਰ ਲਿਖੋ, ਜਾਂ ਫਿਰ ਆ ਗਿਆ ਸਕੂਲ ਦੀ ਲਾਇਬ੍ਰੇਰੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਕੂਲ ਮੁਖੀ ਨੂੰ ਪੱਤਰ ਲਿਖੋ। ਸੋ ਨੈਕਸਟ ਕਰਦੇ। ਸੋ ਆਹ ਤੁਸੀਂ ਵੇਖ ਸਕਦੇ ਹੋ, ਸਾਈਕਲ, ਸਕੂਟਰ, ਮੋਟਰਸਾਈਕਲ ਚੋਰੀ ਹੋਣ ਸੰਬੰਧੀ ਥਾਣਾ ਮੁਖੀ ਨੂੰ ਪੱਤਰ। ਆਹ ਤੁਸੀਂ ਲਿਖ ਦੇਣਾ ਸਭਾ ਵਿਖੇ HO ਸਾਹਿਬ, ਅਤੇ ਥਾਣਾ ਇੱਥੇ ਲਿਖ ਦੇਣਾ, ਅਤੇ ਇੱਥੇ ਆਪਣਾ ਜ਼ਿਲ੍ਹਾ ਲਿਖ ਦੇਣਾ। ਸੋ ਇੱਥੇ ਆ ਗਿਆ ਵਿਸ਼ਾ, ਚੋਰੀ ਹੋ ਗਏ ਸਾਈਕਲ ਦੀ ਰਿਪੋਰਟ ਦਰਜ ਕਰਵਾਉਣ ਬਾਰੇ, ਜਾਂ ਫਿਰ ਤੁਸੀਂ ਸਕੂਟਰ ਵੀ ਲਿਖ ਸਕਦੇ ਹੋ ਜਾਂ ਮੋਟਰਸਾਈਕਲ ਵੀ ਲਿਖ ਸਕਦੇ ਹੋ। ਸੋ ਇੱਥੇ ਲਿਖ ਦੇਣਾ ਸ਼੍ਰੀਮਾਨ ਜਾਂ ਸ਼੍ਰੀਮਤੀ ਜੀ, ਮੈਂ ਕੱਲ੍ਹ ਦੁਪਹਿਰ ਤੋਂ ਬਾਅਦ ਸਟੇਟ ਬੈਂਕ ਆਫ ਇੰਡੀਆ ਜਾਂ ਫਿਰ ਪਟਿਆਲੇ ਲਿਖ ਦਿਓ ਦੀ ਸ਼ਾਖਾ ਵਿੱਚ ਆਪਣੀ ਖਾਤਾ ਖੁਲਾਉਣ ਲਈ ਗਿਆ ਸੀ। ਬੈਂਕ ਅੱਗੇ ਮੈਂ ਆਪਣਾ ਸਾਈਕਲ ਖੜ੍ਹਾ ਕਰਕੇ ਉਸਨੂੰ ਤਾਲਾ ਲਾ ਕੇ ਬੈਂਕ ਅੰਦਰ ਚਲਾ ਗਿਆ। ਬੈਂਕ ਵਿੱਚ ਭੀੜ ਹੋਣ ਕਾਰਨ ਮੈਨੂੰ ਉੱਥੋਂ ਲਗਭਗ ਅੱਧਾ ਘੰਟਾ ਲੱਗ ਗਿਆ, ਅਤੇ ਜਦੋਂ ਮੈਂ ਬੈਂਕ ਤੋਂ ਬਾਹਰ ਆਇਆ ਤਾਂ ਵੇਖਿਆ ਕਿ ਮੇਰਾ ਸਾਈਕਲ ਉਸ ਜਗ੍ਹਾ ਨਹੀਂ ਸੀ ਜਿਸ ਜਗ੍ਹਾ ਮੈਂ ਖੜ੍ਹਾ ਕੀਤਾ ਸੀ। ਆਲੇ ਦੁਆਲੇ ਦੇ ਦੁਕਾਨਦਾਰ ਅਤੇ ਰੇਹੜੀ ਵਾਲਿਆਂ ਤੋਂ ਪੁੱਛਗਿੱਛ ਕੀਤੀ, ਪਰ ਕਿਸੇ ਨੂੰ ਮੇਰੇ ਸਾਈਕਲ ਬਾਰੇ ਕੁਝ ਪਤਾ ਨਹੀਂ ਸੀ। ਅੱਧਾ ਘੰਟਾ ਪੜਤਾਲ ਕਰਨ ਤੋਂ ਬਾਅਦ ਇਸ ਸਿੱਟੇ 'ਤੇ ਪੁੱਜਾ ਕਿ ਮੇਰਾ ਸਾਈਕਲ ਚੋਰੀ ਹੋ ਗਿਆ ਸੀ। ਸੋ ਨੈਕਸਟ ਵੇਖ ਸਕਦੇ ਹੋ, ਮੈਂ ਇਹ ਸਾਈਕਲ ਇਸੇ ਸਾਲ ਸ਼ਰਾਮਾ ਮੰਡੀ ਦੇ ਪੰਜਾਬ ਸਾਈਕਲ ਸਟੋਰ ਤੋਂ ਖਰੀਦਿਆ ਸੀ। ਮੇਰੇ ਕੋਲ ਦੁਕਾਨ ਦੀ ਰਸੀਦ ਵੀ ਹੈ, ਸਾਈਕਲ ਏਅਰਟੈੱਲ ਕੰਪਨੀ ਦਾ ਹੈ ਅਤੇ ਇਸਦਾ ਨੰਬਰ ਇੰਨਾ ਹੈਗਾ। ਸਾਈਕਲ ਦਾ ਰੰਗ ਨੀਲਾ ਹੈ, ਇਸ ਨੂੰ ਕੈਰੀਅਰ ਅਤੇ ਸਟੀਲ ਦੀ ਟੋਕਰੀ ਲੱਗੀ ਹੋਈ। ਕਿਰਪਾ ਕਰਕੇ ਮੇਰੇ ਸਾਈਕਲ ਨੂੰ ਲੱਭਣ ਦੀ ਯੋਗ ਕਾਰਵਾਈ ਕੀਤੀ ਜਾਵੇ, ਧੰਨਵਾਦ ਸਹਿਤ। ਸੋ ਇੱਥੇ ਥੱਲੇ ਲਿਖ ਦੇਣਾ ਆਪ ਜੀ ਦਾ ਵਿਸ਼ਵਾਸ ਪਾਤਰ, ਅਤੇ ਨਾਮ ਲਿਖ ਦੇਣਾ ਅਤੇ ਪਤਾ ਲਿਖ ਦੇਣਾ, ਇੱਥੇ ਮਿਤੀ ਲਿਖ ਦੇਣਾ। ਸੋ ਨੈਕਸਟ ਕਰਦੇ ਹਾਂ। ਨੈਕਸਟ ਆ ਗਿਆ ਪੈਰਾ ਰਚਨਾ ਕੋਈ ਇੱਕ ਕਰੋ, ਬੱਸ ਅੱਡੇ ਦਾ ਦ੍ਰਿਸ਼ ਜਾਂ ਫਿਰ ਮਿਲਵਰਤਨ। ਆ ਤਾਂ ਤੁਸੀਂ ਵੇਖ ਸਕਦੇ ਹੋ ਮਿਲਵਰਤਨ ਦਾ। ਮਿਲਵਰਤਨ ਦੀ ਭਾਵਨਾ ਸਮਾਜ ਦੀ ਬੁਨਿਆਦ ਹੁੰਦੀ ਹੈ। ਮਿਲਵਰਤਨ ਤੋਂ ਬਿਨਾਂ ਕਿਸੇ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਹੈ। ਮਿਲਵਰਤਨ ਦੀ ਭਾਵਨਾ ਪਰਿਵਾਰ ਤੋਂ ਹੀ ਵਿਕਸਿਤ ਹੁੰਦੀ ਹੈ। ਪਰਿਵਾਰ ਦੇ ਮੈਂਬਰਾਂ ਦਾ ਰਲ ਕੇ ਕੰਮ ਨਿਬੇੜਨਾ, ਇੱਕ ਦੂਜੇ ਦੀ ਖੁਸ਼ੀ ਅਤੇ ਦੁੱਖ ਨੂੰ ਆਪਣਾ ਸਮਝਣਾ ਇਸ ਭਾਵਨਾ ਨੂੰ ਪ੍ਰਫੁੱਲਿਤ ਕਰਦਾ ਹੈ। ਕੋਈ ਵੀ ਮਨੁੱਖ ਇੰਨਾ ਯੋਗ ਨਹੀਂ ਹੈ ਕਿ ਉਹ ਇਕੱਲਾ ਜ਼ਿੰਦਗੀ ਦਾ ਆਨੰਦ ਲੈ ਸਕੇ। ਸਾਡੇ ਸੱਭਿਆਚਾਰ ਵਿੱਚ ਮੇਲੇ ਤਿਉਹਾਰ
ਅਤੇ ਸਮੁੱਚੇ ਰਸਮ ਰਿਵਾਜ਼ ਮਿਲਵਰਤਨ ਦੇ ਬਹੁਤ ਸਾਰੇ ਮੌਕੇ ਪ੍ਰਦਾਨ ਕਰਦੇ ਹਨ। ਸਿਆਣਿਆਂ ਦੇ ਕਥਨ ਹੱਥ ਨੂੰ ਹੱਥ ਧੋਂਦਾ ਹੈ ਅਤੇ ਬੰਦਾ ਹੀ ਬੰਦੇ ਦਾ ਦਾਰੂ ਹੈ। ਮਿਲਵਰਤਨ ਦੇ ਮਹੱਤਵ ਨੂੰ ਦ੍ਰਿੜ ਕਰਵਾਉਂਦੇ ਹਨ। ਮਿਲਵਰਤਨ ਦੁਨੀਆ ਦੇ ਵਿਕਾਸ ਦਾ ਆਧਾਰ ਹੈ। ਹਰ ਇੱਕ ਨੂੰ ਹਰ ਥਾਂ 'ਤੇ ਕਿਸੇ ਨਾ ਕਿਸੇ ਦੇ ਸਹਿਯੋਗ ਅਤੇ ਮਿਲਵਰਤਨ ਦੀ ਲੋੜ ਪੈਂਦੀ ਹੈ। ਮਿਲਵਰਤਨ ਦੀ ਜ਼ਿੰਦਗੀ 'ਤੇ ਦੇ ਨਿੱਜੀ, ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਆਦਿ ਹਰ ਖੇਤਰ ਵਿੱਚ ਲੋੜ ਹੈ। ਅਜੋਕੇ ਸਮੇਂ ਵਿੱਚ ਮਿਲਵਰਤਨ ਦਾ ਆਧਾਰ ਪੇਸ਼ਾ ਅਤੇ ਪਦਾਰਥ ਬਣ ਰਿਹਾ ਹੈ ਅਤੇ ਅਜਿਹਾ ਮਿਲਵਰਤਨ ਸਵਾਰਥੀ ਹਿੱਤਾਂ ਦੀ ਪੂਰਤੀ ਲਈ ਹੁੰਦਾ ਹੈ। ਇਸ ਲਈ ਇਹ ਬਹੁਤ ਚਿਰ ਨਹੀਂ ਨਿਭਦਾ ਅਤੇ ਪਰ ਮਾਨਵਤਾ ਆਧਾਰਿਤ ਮਿਲਵਰਤਨ ਸਦੀਵੀ ਅਤੇ ਸਰਬ ਵਿਆਪਕ ਹੈ। ਸੋ ਨੈਕਸਟ ਵੇਖਦੇ ਹਾਂ ਅਤੇ ਉਹ ਤੋਂ ਬਾਅਦ ਆ ਗਿਆ ਛੇਵਾਂ। ਕਿਸੇ ਪੰਜ ਮੁਹਾਵਰਿਆਂ ਨੂੰ ਵਾਕ ਵਿੱਚ ਇਸ ਤਰ੍ਹਾਂ ਵਰਤੋ ਕਿ ਉਹਨਾਂ ਦੇ ਅਰਥ ਸਪੱਸ਼ਟ ਹੋ ਜਾਣ। ਸੱਪ ਸੁੰਘ ਜਾਣਾ, ਅਤੇ ਅੱਖਾਂ ਫੇਰ ਲੈਣਾ, ਹੱਥ ਵਟਾਉਣਾ, ਹੱਥ ਪੈਰ ਮਾਰਨਾ, ਕੰਨ ਭਰਨਾ, ਸ਼ਬਦ ਦਾ ਕੁੱਟ ਭਰਨਾ, ਇਨ ਮੰਨਣਾ, ਹੱਥ ਗਰਮ ਕਰਨਾ। ਸੋ ਇਹਨਾਂ ਵਿੱਚੋਂ ਕੋਈ ਪੰਜ ਕਰ ਲਿਓ। ਹਾਂ, ਤੁਸੀਂ ਵੇਖ ਸਕਦੇ ਹੋ ਸੱਪ ਸੁੰਘ ਜਾਣਾ। ਕਈ ਲੋਕ ਆਪਣੇ ਹੱਕਾਂ ਲਈ ਰੌਲਾ ਪਾਉਂਦੇ ਹਨ ਪਰ ਜਦੋਂ ਉਹਨਾਂ ਦੇ ਫਰਜ਼ ਦੀ ਗੱਲ ਕਰੋ ਤਾਂ ਉਹਨਾਂ ਨੂੰ ਸੱਪ ਸੁੰਘ ਜਾਂਦੀ ਹੈ। ਨੈਕਸਟ ਕਰਦੇ ਹਾਂ। ਸੋ ਤੁਸੀਂ ਵੇਖ ਸਕਦੇ ਹੋ ਹੱਥ ਵਟਾਉਣਾ। ਵਿਦਿਆਰਥੀਆਂ ਨੂੰ ਵਿਹਲੇ ਸਮੇਂ ਆਪਣੇ ਮਾਤਾ ਪਿਤਾ ਦੇ ਕੰਮਾਂ ਵਿੱਚ ਹੱਥ ਵਟਾਉਣਾ ਚਾਹੀਦਾ ਹੈ। ਨੈਕਸਟ ਵੇਖਦੇ ਹਾਂ। ਸੋ ਤੁਸੀਂ ਵੇਖ ਸਕਦੇ ਹੋ ਸਬਰ ਦਾ ਕੁੱਟ ਭਰਨਾ। ਸੰਗਠਿਤ ਹੋਏ ਮਨੁੱਖੀ ਜ਼ੁਲਮ ਅਤੇ ਅਨਿਆਂ ਦਾ ਮੁਕਾਬਲਾ ਕਰ ਸਕਦੇ ਹਨ। ਇਕੱਲੇ ਮਨੁੱਖ ਨੂੰ ਤਾਂ ਜ਼ੁਲਮ ਅੱਗੇ ਸਬਰ ਦਾ ਕੁੱਟ ਭਰਨਾ ਪੈਂਦਾ ਹੈ। ਸਵਾਦ ਤੁਸੀਂ ਵੇਖ ਸਕਦੇ ਹੋ ਇਨ ਮੰਨਣਾ। ਸਾਹਿਬਜ਼ਾਦਿਆਂ ਨੇ ਆਪਣੀਆਂ ਜਾਨ ਦੇ ਦਿੱਤੀ ਪਰ ਜ਼ੁਲਮ ਹਾਕਮਾਂ ਦੀ ਇਨ ਨਾ ਮੰਨੀ। ਸੋ ਨੈਕਸਟ ਵੇਖਦੇ ਹਾਂ। ਸੋ ਤੁਸੀਂ ਵੇਖ ਸਕਦੇ ਹੋ ਅੱਖਾਂ ਫੇਰ ਲੈਣਾ। ਜਦੋਂ ਮਹਿੰਦਰ ਕੋਲ ਤਨ ਮੁੱਕ ਗਿਆ ਤਾਂ ਉਸਦੇ ਸਵਾਰਥੀ ਮਿੱਤਰ ਨੇ ਅੱਖਾਂ ਫੇਰ ਲਿਆ। ਸੋ ਤੁਸੀਂ ਵੇਖ ਸਕਦੇ ਹੋ ਆਪਣਾ ਪੰਜ ਮੁਹਾਵਰੇ ਹੋ ਚੁੱਕੇ ਹਾਂ। ਪਹਿਲਾ ਹੋ ਗਿਆ ਅਤੇ ਦੂਸਰਾ ਹੋ ਗਿਆ, ਤੀਸਰਾ ਹੋ ਗਿਆ ਅਤੇ ਆ ਚੌਥਾ ਹੋ ਗਿਆ ਪੰਜਵਾਂ। ਸੋ ਨੈਕਸਟ ਕਰਦੇ ਹਾਂ। ਵਿਆਕਰਨ ਕਿਸ ਨੂੰ ਕਹਿੰਦੇ ਹਨ ਜਾਂ ਵਾਕ ਬੋਧ ਤੋਂ ਕੀ ਭਾਵ ਹੈ? ਸੋ ਤੁਸੀਂ ਵੇਖ ਸਕਦੇ ਹੋ ਉੱਤਰ, ਵਿਆਕਰਨ ਅਜੀਬ ਵਿੱਦਿਆ ਹੈ ਜਿਸ ਵਿੱਚ ਭਾਸ਼ਾ ਦੇ ਦੁਨੀਆਂ ਉਚਾਰਨ, ਸ਼ਬਦ ਰਚਨਾ, ਸ਼ਬਦ ਜੋੜਾਂ, ਸ਼ਬਦ ਅਰਥ ਅਤੇ ਵਾਕ ਰਚਨਾ ਦੇ ਨਿਯਮਾਂ ਦਾ ਅਧਿਐਨ ਕੀਤਾ ਜਾਂਦਾ ਹੈ। ਵਿਆਕਰਨ ਨਿਯਮਾਂ ਵਿੱਚ ਬੱਝ ਕੇ ਹੀ ਕੋਈ ਭਾਸ਼ਾ ਸਾਹਿਤਕ ਜਾਂ ਟਕਸਾਲੇ ਰੂਪ ਧਾਰਨ ਕਰਦੀ ਹੈ। ਵਿਆਕਰਨ ਨਿਯਮਾਂ ਨਾਲ ਭਾਸ਼ਾ ਮਾਂਝੀ ਸਵਾਰੀ ਜਾਂਦੀ ਹੈ। ਸੋ ਨੈਕਸਟ ਵੇਖਦੇ ਹਾਂ। ਨੈਕਸਟ ਆ ਗਿਆ ਆਪਣਾ ਮੂਲ ਸ਼ਬਦ ਕਿਸ ਨੂੰ ਆਖਦੇ ਹਨ ਜਾਂ ਸਮਾਸੀ ਸ਼ਬਦ ਕਿਸ ਤਰ੍ਹਾਂ ਬਣਦੇ ਹਨ? ਸੋ ਤੁਸੀਂ ਵੇਖ ਸਕਦੇ ਹੋ ਮੂਲ ਸ਼ਬਦ ਇੱਥੇ ਤੱਕ ਹੋਣਗੇ, ਇੱਧਰ ਵੀ ਦੇਖ ਸਕਦੇ ਹੋ ਤੁਸੀਂ। ਸੋ ਇੰਨਾ ਕਰ ਲਿਓ। ਸੋ ਨੈਕਸਟ ਵੇਖਦੇ ਹਾਂ। ਨੌਵਾਂ ਆ ਗਿਆ ਸ਼ਬਦ ਜੋੜ ਸ਼ੁੱਧ ਕਰਕੇ ਲਿਖੋ। ਅਸੀਂ ਲੁਧਿਆਣਾ ਸ਼ਹਿਰ ਵਿੱਚ ਰਹਿੰਦੇ ਹਾਂ। ਸੋ ਇੱਥੇ ਆ ਜਾਏਗਾ ਰਹਿੰਦੇ। ਸੋ ਇੱਦਾਂ ਆ ਜਾਊਗਾ ਰਹਿੰਦੇ ਹਾਂ। ਸੋ ਨੈਕਸਟ ਆ ਗਿਆ ਮੈਂ ਕੱਲ੍ਹ
ਜਲੰਧਰ ਸ਼ਹਿਰ ਜਾਵਾਂਗਾ। ਇੱਥੇ ਸ਼ਹਿਰ ਆ ਜਾਣਾ, ਸ਼ਹਿਰ ਆਹ ਤੁਸੀਂ ਵੇਖ ਸਕਦੇ ਹੋ ਸ਼ਹਿਰ, ਅਤੇ ਜਾਵਾਂਗਾ ਇੱਥੇ ਜਾਵਾਂਗਾ, ਅਤੇ ਇਹ ਵੀ ਗਲਤ ਹੈਗਾ, ਜਾਵਾਂਗਾ ਲਿਖਿਆ। ਸੋ ਇਹਨਾਂ ਇੱਦਾਂ ਲਿਖ ਸਕਦੇ ਹੋ। ਸੋ ਨੈਕਸਟ ਵੇਖਦੇ ਹਾਂ, ਸ਼ੁੱਧ ਕਰਕੇ ਲਿਖੋ, ਬੇਰਾ ਲਿਖਿਆ, ਸੋ ਇਹਦਾ ਹੋ ਜਾਏਗਾ ਬਹੇਰਾ। ਪਿਆਰਾ ਲਿਖਿਆ ਇੱਥੇ, ਇਹਦਾ ਹੋ ਜਾਊਗਾ ਪਿਆਰਾ। ਸੋ ਨੈਕਸਟ ਹੋ ਜਾਊਗਾ ਬੋਤਾ ਲਿਖਿਆ, ਤਾਂ ਬੋਤਾ ਹੋ ਜਾਏਗਾ ਬੋਤਾ। ਅਤੇ ਇਹਦਾ ਹੋ ਜਾਊਗਾ ਦੁਪਹਿਰ। ਨੈਕਸਟ ਕਰਦੇ ਹਾਂ, ਅਨੂ ਅਗੇਤਰ ਲਾ ਕੇ ਤਿੰਨ ਸ਼ਬਦ ਬਣਾਓ। ਸੋ ਇਹਦਾ ਹੋ ਜਾਊਗਾ ਅਨੁਸ਼ਾਸਨ, ਸ਼ਾਸਨ। ਅਤੇ ਉਸ ਤੋਂ ਬਾਅਦ ਹੋ ਜਾਊਗਾ ਅਨੁਮਾਨ, ਅਤੇ ਉਸ ਤੋਂ ਬਾਅਦ ਹੋ ਜਾਊਗਾ ਅਨੁਭਵ। ਸੋ ਨੈਕਸਟ ਵੇਖਦੇ ਹਾਂ, ਜਨਕ ਪਿਛੇਤਰ ਲਾ ਕੇ ਤਿੰਨ ਸ਼ਬਦ ਬਣਾਓ। ਸੋ ਤੁਸੀਂ ਇਹਦਾ ਖੁਦ ਵੇਖ ਲਿਓ ਜਨਕ ਦਾ, ਅਤੇ ਕਮੈਂਟ ਵਿੱਚ ਵੀ ਦੱਸ ਦਿਓ। ਸੋ ਤੁਹਾਨੂੰ ਅਗਲੇ ਪੇਪਰ ਦੀ ਵੀਡੀਓ ਚਾਹੀਦਾ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਅਤੇ ਚੈਨਲ ਸਬਸਕ੍ਰਾਈਬ ਕਰ ਲਿਓ, ਅਤੇ ਕਮੈਂਟ ਕਰਨਾ ਨਾ ਭੁੱਲਿਓ। ਸੋ ਮਿਲਦੇ ਨੈਕਸਟ ਵੀਡੀਓ 'ਚ, ਥੈਂਕ ਯੂ।